अमेजिंग टीवी देख रहे सारी संगत नूं दास वालों वाहिगुरु जी का खालसा वाहिगुरु जी की फतेह। अज भाई जसविंदर सिंह जी खालसा उन्हां दे नाल अज विचार सांझी करांगे नशे दे मुद्दे ते। वाहिगुरु जी का खालसा वाहिगुरु जी की फतेह। हाँ जी भाई साहब जी, अज जो पंजाब च बहुत ज़्यादा नौजवान नशा करते पे हैं, बजुर्ग भी करते, छोटे बच्चे करते पे हैं, इस दे बारे आप जी दे की विचार नूं? ਭਾਈ ਸਾਹਿਬ ਜੀ, ਜਿਹੜਾ ਨਸ਼ਾ ਕਰਦੇ ਪਏ ਨਾ, ਦੁਨੀਆ ਨਸ਼ੇ ਦੇ ਵੱਲ ਲੱਗ ਗਈ, ਇਹ ਬਹੁਤ ਹੀ ਮਾੜੀ ਗੱਲ ਹੈ ਜੀ। ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਜੀ, ਪੰਜਾਬ ਨੂੰ ਜਾਣਿਆ ਜਾਂਦਾ ਗੁਰੂਆਂ ਪੀਰਾਂ ਦੇ ਨਾਂ 'ਤੇ, ਅਤੇ ਅੱਜ ਦੁਨੀਆ ਨਸ਼ੇ ਵਾਲੇ ਪਾਸੇ ਲੱਗ ਗਈ, ਜੋ ਕਿ ਬਹੁਤ ਹੀ ਮਾੜੇ ਸੰਕੇਤ ਹਨ। ਇਹ ਜਿਹੜੀ ਕੰਮ ਹੈ, ਇਹ ਨਹੀਂ ਹੋਣਾ ਚਾਹੀਦਾ ਜੀ। ਜਿਸ ਤਰ੍ਹਾਂ ਭਾਈ ਸਾਹਿਬ ਜੀ, ਆਪਾਂ ਵੇਖਦੇ ਹਾਂ ਕਿ 10-10 ਸਾਲ ਦੇ ਬੱਚੇ ਚਿੱਟਾ ਪੀ ਰਹੇ ਹਨ, ਸਮੈਕ ਪੀ ਰਹੇ ਹਨ, ਹੋਰ ਵੀ ਮਾੜੇ ਨਸ਼ੇ ਕਰਦੇ ਪਏ ਹਨ, ਉਹਨਾਂ ਦਾ ਕਿਸ ਤਰ੍ਹਾਂ ਬਚਾਅ ਹੋ ਸਕਦਾ ਪੰਜਾਬ ਦੀ ਨੌਜਵਾਨੀ ਦਾ ਜਾਂ ਛੋਟੇ ਜਿਹੜੇ ਬੱਚੇ ਹਨ? ਭਾਈ ਸਾਹਿਬ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਜਿਹੜੇ 10 ਸਾਲ ਦੇ ਬੱਚੇ ਨੇ ਜਾਂ ਛੋਟੇ ਬੱਚੇ ਨੇ, ਨਸ਼ਾ ਪੀ ਰਹੇ ਨੇ, ਚਿੱਟਾ ਪੀ ਰਹੇ ਨੇ, ਇਹ ਬਹੁਤ ਮਾੜਾ ਅਸੀਂ ਕਹਿ ਸਕਦੇ ਹਾਂ, ਆਉਣ ਵਾਲਾ ਭਵਿੱਖ ਜਿਹੜਾ ਪੰਜਾਬ ਦਾ ਬਹੁਤ ਮਾੜਾ ਹੈ ਜੀ। ਇਸ ਨੂੰ ਅਸੀਂ ਇਹ ਬਚਾਅ ਇਸ ਤਰ੍ਹਾਂ ਕਰ ਸਕਦੇ ਹਾਂ ਅਸੀਂ ਕਿ ਅਸੀਂ ਜੰਮਦੇ ਹੀ ਬੱਚਿਆਂ ਨੂੰ ਜਨਮ ਤੋਂ ਅਸੀਂ ਅਸੀਂ ਜੇ ਅਸੀਂ ਗੁਰੂ ਦੇ ਲੜ ਲਾਈਏ, ਗੁਰੂ ਦੀਆਂ ਗਾਥਾਂ ਇਤਿਹਾਸ ਸਰਵਣ ਕਰਾਈਏ, ਇਤਿਹਾਸ ਸਰਵਣ ਦੇ ਨਾਲ ਫਿਰ ਬੱਚਿਆਂ ਦਾ ਉਸ ਪਾਸੇ ਰੁਝਾਨ ਵਧੇਗਾ ਅਤੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਕੀਤੀਆਂ ਨੇ, ਕਿਹੜਾ ਕਿਹੜਾ ਅਸੀਂ ਸਾਡਾ ਇਤਿਹਾਸ ਹੈ, ਬੱਚੇ ਜਾਣਨਗੇ, ਬੱਚੇ ਫਿਰ ਗੁਰਬਾਣੀ ਦੇ ਲੜ ਲੱਗਣਗੇ ਅਤੇ ਗੁਰਬਾਣੀ ਦੇ ਲੜ ਲੱਗ ਕੇ ਫਿਰ ਉਹ ਨਸ਼ਿਆਂ ਤੋਂ ਦੂਰ ਹੋਣਗੇ ਬੱਚੇ। ਇਹੀ ਬਹੁਤ ਵੱਡਾ। ਜਿਸ ਤਰ੍ਹਾਂ ਭਾਈ ਸਾਹਿਬ ਜੀ, ਆਪਾਂ ਕਹਿੰਦੇ ਕਿ ਅੱਜ ਕੱਲ੍ਹ ਜਿੱਦਾਂ ਪਹਿਲੇ ਮੌਜੂਦਾ ਸਰਕਾਰ ਹੀ ਅਕਾਲੀ ਹੁਣ ਕਾਂਗਰਸੀ ਹੈ, ਮਤਲਬ ਕੰਟਰੋਲ ਨਹੀਂ ਹੋ ਰਿਹਾ ਨਸ਼ੇ ਦਾ, ਅੱਗੇ ਇਹਨਾਂ ਨੂੰ ਜ਼ਿਆਦਾ ਵੱਧ ਗਿਆ ਅਤੇ ਮਤਲਬ ਬੱਚੇ ਮਰਦੇ ਪਏ ਹਨ, ਪਹਿਲੇ ਤਾਂ ਬਿਮਾਰ ਹੋ ਜਾਂਦੇ ਸਨ, ਹੁਣ ਬਹੁਤ ਜ਼ਿਆਦਾ ਸਾਡੇ ਨੌਜਵਾਨ ਵੀ ਓਵਰਡੋਜ਼ ਲੈ ਕੇ ਚੜ੍ਹਾਈ ਕਰ ਜਾਂਦੇ, ਮਰ ਜਾਂਦੇ ਨੇ, ਅਤੇ ਇਹ ਕਿਸ ਤਰ੍ਹਾਂ ਕੰਟਰੋਲ ਹੋਵੇਗਾ? ਕਿਸ ਤਰ੍ਹਾਂ ਆਪ ਜੀ ਦੱਸੋ ਕਿ ਮਤਲਬ ਕਿਸ ਤਰ੍ਹਾਂ ਆਪਾਂ ਕਾਬੂ ਕਰ ਸਕੀਏ, ਜਿਸ ਤਰ੍ਹਾਂ ਆਪਣੇ ਪੰਜਾਬ 'ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਵਧੀਆ ਹੋ ਸਕੇ? ਭਾਈ ਸਾਹਿਬ ਜੀ, ਆਪ ਜੀ ਨੇ 2-3 ਸਵਾਲ ਕੀਤੇ। ਪਹਿਲਾ ਸਵਾਲ ਇਹ ਕੀਤਾ ਕਿ ਪਹਿਲਾਂ ਸਰਕਾਰ ਸੀ, ਉਹਦੇ ਬਾਅਦ ਹੁਣ ਨਵੀਂ ਸਰਕਾਰ ਆਈ, ਅਤੇ ਨਸ਼ਿਆਂ ਦੇ ਬਾਰੇ ਸਰਕਾਰਾਂ ਦੇ ਵਿੱਚ, ਦੇਖੋ ਜੀ ਭਾਈ ਸਾਹਿਬ, ਸਰਕਾਰਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ, ਕਿਉਂਕਿ ਸਰਕਾਰਾਂ ਘਰ ਘਰ ਆ ਕੇ ਤੁਹਾਡਾ ਨਸ਼ਾ ਬੰਦ ਨਹੀਂ ਕਰ ਸਕਦੀਆਂ, ਕਿਉਂਕਿ ਸਰਕਾਰਾਂ ਨਾ ਸਿਰਫ ਆਪ ਜੀ ਸਰਕਾਰਾਂ 'ਤੇ ਇੱਕ ਬਲੇਮ ਕਰਦੇ ਹੋ ਕਿ ਸਰਕਾਰਾਂ ਨਸ਼ਾ ਵਰਤਾ ਰਹੀਆਂ ਜਾਂ ਕਿਸ ਤਰ੍ਹਾਂ, ਜਾਂ ਸਰਕਾਰਾਂ ਦਾ ਦੋਸ਼ ਹੈ, ਦੋਸ਼ ਕਿਤੇ ਨਾ ਕਿਤੇ ਸਾਡਾ ਹੀ ਦੋਸ਼ ਹੈ, ਕਿਉਂਕਿ ਅਸੀਂ ਨਸ਼ਿਆਂ ਦੇ ਇੰਨੇ ਕੁ ਆਦੀ ਹੋ ਚੁੱਕੇ ਹਾਂ ਅਤੇ ਅਸੀਂ ਮੁੜ ਕੇ ਬਲੇਮ ਸਰਕਾਰ ਨੂੰ ਕਰਦੇ ਹਾਂ, ਕਿਉਂਕਿ ਅਸੀਂ ਆਦੀ ਆਪ ਖੁਦ ਹੋ ਗਏ ਹਾਂ। ਸਰਕਾਰਾਂ ਦੇ ਵਿੱਚ ਕੁਛ ਨਹੀਂ ਕਰ ਸਕਦੀਆਂ, ਸਰਕਾਰਾਂ ਤਾਂ ਸਿਰਫ ਇੱਕ ਮਨ੍ਹਾ ਕਰ ਸਕਦੀਆਂ ਕਿ ਤੁਸੀਂ ਨਸ਼ਾ ਨਾ ਕਰੋ, ਅਤੇ ਇਹ ਸਾਰਾ ਸਾਰੀ ਆਪਣੀ ਆਦਤ ਬਣ ਚੁੱਕੀ ਜਿਹੜੀ ਨਵੀਂ ਪੀੜ੍ਹੀ ਦੀ, ਅਤੇ ਨਸ਼ੇ ਕਰ ਕਰਕੇ। ਦੂਜਾ ਤੁਸੀਂ ਸਵਾਲ ਕੀਤਾ ਕਿ ਨੌਜਵਾਨ ਪੀੜ੍ਹੀ ਨਸ਼ੇ ਕਰਕੇ ਫਿਰ ਉਹ ਖਤਮ ਹੋ ਰਹੀ ਹੈ, ਅਤੇ ਇੱਕ ਨਸ਼ੇਵਾਂ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਨਸ਼ੇ ਦਾ। ਉਹ ਇਸ ਤਰ੍ਹਾਂ ਕਿ ਨੌਜਵਾਨ ਪੀੜ੍ਹੀ ਨੂੰ ਸੋਚਣਾ ਚਾਹੀਦਾ ਕਿ ਸਾਡੇ ਮਾਤਾ ਪਿਤਾ ਨੇ ਕਿਸ ਤਰ੍ਹਾਂ ਸਾਨੂੰ ਪਾਲਿਆ, ਪਾਲ ਕੇ ਕਿਸ ਤਰ੍ਹਾਂ ਸਾਡਾ ਜਨਮ ਤੋਂ ਲੈ ਕੇ ਕਿਸ ਤਰ੍ਹਾਂ ਪਾਲਣ ਪੋਸ਼ਣ ਕੀਤਾ, ਪਾਲਣ ਪੋਸ਼ਣ ਕਰਕੇ ਕਿਸ ਤਰ੍ਹਾਂ ਸਾਨੂੰ ਜਵਾਨ ਕੀਤਾ, ਕਿਸ ਤਰ੍ਹਾਂ ਪੜ੍ਹਾਇਆ। ਇਹ ਜਿਹੜੀ ਸਾਡੀ ਨੌਜਵਾਨ ਪੀੜ੍ਹੀ, ਉਹਨੂੰ ਸੋਚਣਾ ਚਾਹੀਦਾ, ਕਿਉਂਕਿ ਜਦੋਂ ਨੌਜਵਾਨ ਪੀੜ੍ਹੀ, ਜਦੋਂ ਕੋਈ ਬੱਚਾ ਜਨਮ ਲੈਂਦਾ ਅਤੇ ਮਾਤਾ ਪਿਤਾ ਨੂੰ ਬਹੁਤ ਆਸਾਂ ਹੁੰਦੀਆਂ ਕਿ ਮੇਰਾ ਬੱਚਾ ਜਵਾਨ ਹੋਏਗਾ, ਜਵਾਨ ਹੋ ਕੇ ਉਹ ਬੱਚਾ ਕਿਤੇ ਕੋਈ ਵਧੀਆ ਕਾਰੋਬਾਰ 'ਤੇ ਲੱਗੇਗਾ, ਵਧੀਆ ਕਾਰੋਬਾਰ ਕਰੇਗਾ, ਅਤੇ ਸਾਡਾ ਜਿਹੜਾ ਬੁਢਾਪੇ ਦਾ ਲਾਠੀ ਬਣੇਗਾ, ਸਾਨੂੰ ਸਾਂਭੇਗਾ। ਪਰ ਬੱਚੇ ਕੀ ਕਰ ਰਹੇ ਨੇ, ਨੌਜਵਾਨ ਪੀੜ੍ਹੀ ਕੀ ਕਰ ਰਹੀ ਹੈ, ਜਦੋਂ ਕੋਈ ਜਵਾਨੀ ਦੇ ਵਿੱਚ ਕਦਮ ਧਰਦਾ, ਨਾਲ ਉਹ ਮਾੜੀ ਸੰਗਤ ਦੇ ਵਿੱਚ ਪੈ ਕੇ ਨਸ਼ੇ ਕਰਨੇ ਸ਼ੁਰੂ ਕਰ ਦਿੰਦਾ, ਅਤੇ ਨੌਜਵਾਨ ਪੀੜ੍ਹੀ ਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਨਸ਼ੇ ਆਪਾਂ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਾਂ, ਜੀਵਨ ਬਰਬਾਦ ਕਰਕੇ ਇਹ ਸੰਸਾਰ ਤੋਂ ਜਿਹੜਾ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੀਆਂ ਮੌਤਾਂ ਹੋ ਰਹੀਆਂ, ਅਤੇ ਇੱਕ ਪਿਤਾ ਦੇ ਮੋਢਿਆਂ 'ਤੇ ਜਦੋਂ ਕਿਸੇ ਜਵਾਨ ਪੁੱਤਰ ਦੀ ਲਾਸ਼ ਆਉਂਦੀ ਨਾ, ਉਹ ਪਿਤਾ ਹੀ ਜਾਣਦਾ ਕਿ ਕਿੰਨਾ ਭਾਰ ਲੱਗਦਾ ਉਹਨੂੰ। ਇਹ ਪਿਤਾ ਤੋਂ ਵੱਧ ਕੋਈ ਨਹੀਂ ਦੱਸ ਸਕਦਾ, ਕਿਉਂਕਿ ਬੱਚੇ ਦੇ ਮੋਢਿਆਂ 'ਤੇ ਪਿਤਾ ਦਾ ਸਰੀਰ ਆ ਜਾਏ ਅਤੇ ਉਹ ਕਿਤੇ ਨਾ ਕਿਤੇ ਬੱਚਾ ਬਰਦਾਸ਼ਤ ਕਰ ਲੈਂਦਾ ਕਿ ਮੇਰੇ ਪਿਤਾ ਜੀ ਨੇ 60 ਸਾਲ ਉਮਰ ਹੋ ਗਈ ਜਾਂ 80 ਸਾਲ ਉਮਰ ਹੋ ਗਈ। ਪਰ ਜਦੋਂ ਪਿਤਾ ਦੇ ਮੋਢਿਆਂ 'ਤੇ ਜਵਾਨ ਪੁੱਤਰ ਦਾ ਸਰੀਰ ਪਿਤਾ ਦੇ ਮੋਢਿਆਂ 'ਤੇ ਆਉਂਦਾ ਅਤੇ ਉਹ ਪਿਤਾ ਦੱਸ ਨਹੀਂ ਸਕਦਾ ਕਿ ਉਸਨੂੰ ਉਸ ਟਾਈਮ ਕੀ ਬੀਤਦੀ ਹੈ, ਫਿਰ ਉਹ ਮਾਤਾ ਦੇ ਦਿਲ 'ਤੇ ਕੀ ਬੀਤਦੀ ਹੈ, ਜਿਹੜੀ ਮਾਂ ਨੇ ਆਪਣੇ ਪੁੱਤਰ ਨੂੰ ਬੜੇ ਚਾਵਾਂ ਨਾਲ, ਬੜੇ ਲਾਡਾਂ ਨਾਲ ਪਾਲਿਆ ਸੀ ਅਤੇ ਪਾਲ ਕੇ ਜਵਾਨ ਕੀਤਾ ਸੀ, ਅਤੇ ਅੱਜ ਉਹ ਬੱਚਾ ਨਸ਼ਾ ਪੀ ਕੇ ਖਤਮ ਹੋ ਗਿਆ, ਉਹ ਮਾਂ ਹੀ ਦੱਸ ਸਕਦੀ ਕਿ ਉਹਦੇ ਦਿਲ 'ਤੇ ਕੀ ਬੀਤਦੀ। ਫਿਰ ਜਿਸ ਤਰ੍ਹਾਂ ਗੁਰਬਾਣੀ 'ਚ ਹੁੰਦਾ ਭਾਈ ਸਾਹਿਬ ਜੀ ਕਿ
ਮਹਾਰਾਜ ਦੀ ਬਾਣੀ ਹੁੰਦੀ ਕਿ ਨਸ਼ਾ ਨਹੀਂ ਕਰਨਾ ਚਾਹੀਦਾ, ਨਾਮ ਦਾ ਨਸ਼ਾ ਕਰਨਾ ਚਾਹੀਦਾ। ਮਹਾਰਾਜ ਦੀ ਭਗਤੀ ਵੀ ਹੁੰਦੀ ਹੈ ਗੁਰਬਾਣੀ 'ਚ, ਥਾਂ ਥਾਂ ਕਿਹਾ ਕਿ ਮਹਾਰਾਜ ਦੀ ਜਾਂ ਸੇਵਾ ਦਾ ਨਸ਼ਾ ਕਰੋ, ਸਿਮਰਨ ਦਾ ਨਸ਼ਾ ਕਰੋ, ਬਾਣੀ ਪੜ੍ਹਨ ਦਾ ਨਸ਼ਾ ਕਰੋ, ਜਾਂ ਚੰਗੇ ਕੰਮਾਂ ਦਾ ਨਸ਼ਾ ਕਰੋ। ਇਸ ਦੇ ਬਾਰੇ ਆਪ ਜੀ ਦਾ ਕੀ ਵਿਚਾਰ? ਭਾਈ ਸਾਹਿਬ ਜੀ, ਬਹੁਤ ਵਧੀਆ ਤੁਸੀਂ ਇਹ ਗੱਲ ਕੀਤੀ ਹੈ ਕਿ ਬਾਣੀ ਦਾ ਨਸ਼ਾ ਕਰਨਾ ਚਾਹੀਦਾ, ਸੇਵਾ ਦਾ ਨਸ਼ਾ ਕਰਨਾ ਚਾਹੀਦਾ, ਗੁਰਬਾਣੀ ਦਾ ਨਸ਼ਾ ਕਰਨਾ ਚਾਹੀਦਾ। ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਸਾਨੂੰ ਗੁਰਬਾਣੀ ਦਾ ਹੀ ਨਸ਼ਾ ਕਰਨਾ ਚਾਹੀਦਾ, ਸੇਵਾ ਦਾ ਹੀ ਨਸ਼ਾ ਕਰਨਾ ਚਾਹੀਦਾ। ਜਦੋਂ ਆਪਾਂ ਸੇਵਾ ਕਰਾਂਗੇ, ਸਾਡਾ ਜਿਹੜਾ ਮਨ ਨੇ ਉਹ ਸੇਵਾ ਵਾਲੇ ਪਾਸੇ ਲੱਗਾ ਰਹੇਗਾ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਜਿਹੜਾ ਸਾਡਾ ਮਨ ਨੇ ਉਹ ਗੁਰਬਾਣੀ ਵਾਲੇ ਪਾਸੇ ਲੱਗਾ ਰਹੇਗਾ। ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ ਪੜ੍ਹ ਕੇ ਸਾਨੂੰ ਮਨ ਨੂੰ ਇੱਕ ਸ਼ਾਂਤੀ ਆਉਂਦੀ। ਜਿਹੜੇ ਲੋਕ ਨਸ਼ਾ ਕਰਦੇ ਨੇ ਉਹ ਕੀ ਕਰਦੇ ਨੇ, ਇੱਕ ਮਨ ਨੂੰ ਦੂਜੇ ਪਾਸੇ ਬਦਲਦੇ ਹੀ ਨੇ, ਮਨ ਨੂੰ ਦੂਜੇ ਪਾਸੇ ਚੇਂਜ ਕਰਦੇ ਨੇ। ਅਤੇ ਉਹਨਾਂ ਨੂੰ ਇਹ ਚਾਹੀਦਾ ਕਿ ਜਿੱਥੇ ਉਹ ਨਸ਼ਾ ਕਰਕੇ ਦੂਜੇ ਪਾਸੇ ਮਨ ਕਰ ਰਹੇ ਨੇ, ਉਹ ਗੁਰਬਾਣੀ ਦਾ ਨਸ਼ਾ ਕਰਨ, ਸੇਵਾ ਦਾ ਨਸ਼ਾ ਕਰਨ, ਇਤਿਹਾਸ ਪੜ੍ਹਨ ਦਾ ਨਸ਼ਾ ਕਰਨ, ਸੇਵਾ ਕਰਨ ਦਾ ਨਸ਼ਾ ਕਰਨ, ਬਜ਼ੁਰਗਾਂ ਦਾ ਆਦਰ ਸਤਿਕਾਰ ਦਾ ਨਸ਼ਾ ਕਰਨ, ਇਹ ਸਭ ਨਾਲ ਵਧੀਆ ਨਸ਼ਾ ਹੈ। ਤੁਹਾਨੂੰ ਭਾਈ ਸਾਹਿਬ ਜੀ ਲੱਗਦਾ ਕਿ ਇਸ 'ਚ ਜਿਹੜੇ ਬੱਚੇ ਅੱਜ ਕੱਲ੍ਹ ਨਸ਼ਾ ਕਰਦੇ, ਇਸ 'ਚ ਮਾਤਾ ਪਿਤਾ ਦੀ ਵੀ ਗਲਤੀ ਹੈ? ਕਿਉਂਕਿ ਪਹਿਲੇ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਡੇ ਵੱਡੇ ਵਡੇਰੇ ਬਜ਼ੁਰਗ ਜਿਹੜੇ ਹੁੰਦੇ ਸਨ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਸਨ, ਗੁਰੂ ਘਰ ਦੇ ਨਾਲ ਜੋੜਦੇ ਸੀ। ਅੱਜ ਕੱਲ੍ਹ ਜਿਹੜੀਆਂ ਮਾਵਾਂ ਹਨ ਉਹ ਹੀ ਮਤਲਬ ਗੁਰੂ ਦੇ ਨਾਲ ਤੋੜਦੀਆਂ ਹਨ, ਲੱਚਰਤਾਇਆ ਵੱਲ ਆ ਰਹੇ ਨੇ। ਉਹਨਾਂ ਦਾ ਵੀ ਇਸ 'ਚ ਕੋਈ ਰੋਲ ਹੈਗਾ ਕਿ ਉਹ ਵੀ ਗੁਨਾਹਗਾਰ ਹਨ ਜਿਹੜੇ ਉਹਨਾਂ ਦੇ ਬੱਚੇ ਨਸ਼ੇ ਕਰ ਰਹੇ ਨੇ ਮਾਤਾ ਪਿਤਾ? ਭਾਈ ਸਾਹਿਬ, ਕਿਤੇ ਨਾ ਕਿਤੇ ਤਾਂ ਸਾਡੇ ਮਾਤਾ ਪਿਤਾ ਦਾ ਵੀ ਵਿੱਚ ਹੱਥ ਹੈਗਾ। ਕਿਤੇ ਨਾ ਕਿਤੇ ਆਪਾਂ ਮੰਨ ਸਕਦੇ ਹਾਂ, ਤੁਸੀਂ ਕੋਈ ਗੱਲ ਇਹ ਮੰਨ ਸਕਦੇ ਹਾਂ ਪੁਆਇੰਟ ਕਿ ਮਾਤਾ ਪਿਤਾ ਦਾ ਵੀ ਕਸੂਰ ਹੈਗਾ। ਕਿਉਂਕਿ ਮਾਤਾ ਪਿਤਾ ਪਹਿਲੀ ਗੱਲ ਤਾਂ ਚਾਹੁੰਦੇ ਹੀ ਨਹੀਂ ਕਿ ਮੇਰਾ ਬੱਚਾ ਧਾਰਮਿਕ ਬਣੇ, ਉਹ ਚਾਹੁੰਦੇ ਨੇ ਕਿ ਤੂੰ ਹੁਣੇ ਬਾਬਾ ਬਣ ਗਿਆ, ਤੂੰ ਹੁਣੇ ਇਹ ਕਿਹੜੇ ਪਾਸੇ ਲੱਗ ਗਿਆ। ਦੂਜਾ, ਮਾਤਾ ਦਾ ਮੈਂ ਕਹਿ ਸਕਦਾ ਵਾਂ ਕੁਛ ਪਰਸੈਂਟ ਮਾਤਾ ਪਿਤਾ ਦਾ ਹੱਥ ਹੈਗਾ ਕਿ ਉਹ ਖਿਆਲ ਨਹੀਂ ਕਰਦੇ ਆਪਣੇ ਬੱਚਿਆਂ ਦਾ, ਕਿਉਂ ਉਹ ਜ਼ਿਆਦਾ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਤਾਵਾਂ ਨੇ ਉਹ ਨਾਟਕਾਂ ਵੱਲ ਜ਼ਿਆਦਾ ਜ਼ੋਰ ਦਿੰਦੀਆਂ ਕਿ ਨਾਟਕ ਦੇਖ ਲਈਏ ਅਤੇ ਬੱਚਾ ਭਾਵੇਂ ਜਿੱਧਰ ਮਰਜ਼ੀ ਬੈਠਾ ਰਹੇ ਉਹ ਦੇਖਦੀਆਂ ਨਹੀਂ ਇਸ ਗੱਲ ਨੂੰ। ਜਿੱਦਾਂ ਮਹਾਰਾਜ ਦੀ ਪੰਕਤੀ ਹੁੰਦੀ ਹੈ ਕਿ ਪੁੱਤਾ ਮਾਤਾ ਕੀ ਅਸੀਸ, ਮਾਤਾ ਪਿਤਾ ਦੀ ਅਸੀਸਾਂ ਸਦਕਾ ਪੁੱਤਰ ਉਹ ਗੁਣ ਗ੍ਰਹਿਣ ਕਰਦਾ ਹੈ, ਜਿਸ ਤਰ੍ਹਾਂ ਆਪਣੇ ਸੰਸਕਾਰ ਹਨ। ਇੱਥੋਂ ਵੀ ਆਪਾਂ ਸੇਧ ਲੈ ਸਕਦੇ ਹਾਂ ਕਿ ਆਪਣੇ ਬੱਚੇ ਨੂੰ ਆਪਾਂ ਚੰਗੀ ਸਿੱਖਿਆ ਨਹੀਂ ਦਿੱਤੀ, ਇਸ ਕਰਕੇ ਉਹ ਵਿਗੜ ਗਿਆ। ਅਗਰ ਆਪਾਂ ਬਚਪਨ ਤੋਂ ਹੀ ਕੰਟਰੋਲ ਕਰੀਏ ਤਾਂ ਸ਼ਾਇਦ ਹੋ ਸਕਦਾ ਸਾਡਾ ਬੱਚਾ ਗੁਰਸਿੱਖ ਪੈਦਾ ਹੋ ਜਾਵੇ ਅਤੇ ਨਸ਼ਾ ਨਾ ਕਰੇ, ਕੋਈ ਵੀ ਮਾੜੀ ਆਦਤ ਨਾ ਕਰੇ। ਇਸ ਬਾਰੇ ਕੀ ਕਹਿ ਸਕਦੇ ਭਾਈ ਸਾਹਿਬ? ਇਹ ਤੁਹਾਡਾ ਬਹੁਤ ਵਧੀਆ ਜਵਾਬ ਹੈ। ਤੁਸੀਂ ਸਵਾਲ ਕੀਤਾ ਕਿ ਪੁੱਤਾ ਮਾਤਾ ਕੀ ਅਸੀਸ, ਮਾਤਾ ਪਿਤਾ ਦੀ ਅਸੀਸ ਹੈ, ਮਾਤਾ ਪਿਤਾ ਦੀ ਦੇਖ ਰੇਖ ਵਿੱਚ ਬੱਚਾ ਪਲੇ ਜਵਾਨ ਹੋਵੇ ਅਤੇ ਉਹ ਨਸ਼ੇ ਨਹੀਂ ਕਰੇਗਾ। ਪਰ ਮਾਤਾ ਪਿਤਾ ਦੀ ਦੇਖ ਰੇਖ ਵਿੱਚ ਬੱਚੇ ਪਲ ਸਕਦੇ ਨੇ, ਪਰ ਕਿਤੇ ਨਾ ਕਿਤੇ ਕੰਟਰੋਲ ਲਾਸਟ ਆਪਣਾ ਹੀ ਕਰਨਾ ਪੈਣਾ, ਸਾਨੂੰ ਖੁਦ ਹੀ ਫੈਸਲਾ ਲੈਣਾ ਪੈਣਾ ਕਿ ਆਪਾਂ ਨਸ਼ਾ ਨਾ ਕਰੀਏ। ਹਾਂ, ਕਿਤੇ ਕਿਤੇ ਦੇਖਣ ਨੂੰ ਹੈਗਾ ਜਿਨ੍ਹਾਂ ਦੇ ਪਿਤਾ ਨਸ਼ਾ ਕਰਦੇ ਨੇ, ਫਿਰ ਉਹ ਆਪਣੇ ਬੱਚੇ ਦੇ ਸਾਹਮਣੇ ਬੈਠ ਕੇ ਨਸ਼ਾ ਕਰਦੇ ਨੇ, ਜਿਵੇਂ ਸ਼ਰਾਬ ਆਦਿਕ ਦਾ ਨਸ਼ਾ ਕਰਦੇ ਨੇ, ਫਿਰ ਉਹ ਬੱਚਾ ਵੀ ਉਹਨਾਂ ਦੇ ਸਾਹਮਣੇ ਬੈਠ ਕੇ ਨਸ਼ਾ ਕਰਦਾ, ਅਤੇ ਕਿਤੇ ਨਾ ਕਿਤੇ ਇਹ ਹੈਗਾ। ਪਰ ਸਾਨੂੰ ਲਾਸਟ ਦੇ ਵਿੱਚ ਆਪ ਹੀ ਫੈਸਲਾ ਲੈਣਾ ਪੈਣਾ ਕਿ ਅਸੀਂ ਖੁਦ ਨਸ਼ਾ ਨਾ ਕਰੀਏ, ਕਿਉਂਕਿ ਨਸ਼ਾ ਬਹੁਤ ਮਾੜਾ ਜੀ। ਨਸ਼ੇ ਨੇ ਜਵਾਨੀ ਗਾਲਤੀ, ਨਸ਼ੇ ਨੇ ਘਰਾਂ ਦੇ ਘਰ ਉਜਾੜਤੇ ਨੇ, ਨਸ਼ੇ ਨੇ ਮਾਤਾ ਪਿਤਾ ਨੂੰ ਖਤਮ ਕਰ ਦਿੱਤਾ। ਜਿੱਥੇ ਨਸ਼ਾ ਕਰਕੇ ਕਿਸੇ ਦਾ ਜਵਾਨ ਪੁੱਤਰ ਚੜ੍ਹਾਈ ਕਰ ਜੇ ਨਾ, ਉਹ ਮਾਤਾ ਪਿਤਾ ਵੀ ਖਤਮ ਹੋ ਜਾਂਦਾ ਜੀ। ਮਾਤਾ ਪਿਤਾ ਦਾ ਜੀਣ ਦਾ ਕੋਈ ਤੁਸੀਂ ਕਹਿ ਲਓ ਚੱਜ ਨਹੀਂ ਰਹਿ ਜਾਂਦਾ ਜੀਣ ਦਾ। ਹੁਣ ਸਾਨੂੰ ਜਿਸ ਤਰ੍ਹਾਂ ਗੁਰਬਾਣੀ 'ਚ ਹੁੰਦਾ ਕਿ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਸਾਨੂੰ ਨਾਮ ਦਾ ਹੀ ਨਸ਼ਾ ਕਰਨਾ ਚਾਹੀਦਾ। ਇਹੀ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਸਿਖਾਇਆ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਤੇ ਇਹੀ ਸੰਗਤ ਨੂੰ ਅੱਜ ਦਾ ਜਿਹੜਾ ਮੁੱਦਾ ਹੈ, ਆਪਾਂ ਕਹਿ ਸਕਦੇ ਹਾਂ ਕਿ ਸੰਗਤ ਨੂੰ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਖਾਲਸਾ ਜੀ ਨੇ ਬਹੁਤ ਸੋਹਣੀ ਵਿਚਾਰ ਦੇ ਨਾਲ ਆਪ ਜੀ ਨੂੰ ਸਮਝਾਉਣਾ ਕੀਤਾ ਕਿ ਇਸ 'ਚ ਆਪਾਂ ਨਸ਼ੇ ਜਿਹੜੇ ਪੰਜਾਬ 'ਚ ਪੰਜਵਾਂ ਦਰਿਆ ਨਸ਼ਿਆਂ ਦਾ ਤੁਰਿਆ, ਇਸ 'ਚ ਆਪਾਂ ਵੀ ਜ਼ਿੰਮੇਵਾਰ ਹਾਂ, ਮਾਤਾ ਪਿਤਾ ਵੀ ਹਾਂ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਣ, ਆਪਣੇ ਚਰਨਾਂ ਨਾਲ ਲਾਉਣ। ਬਹੁਤ ਸੋਹਣੀ ਭਾਈ ਸਾਹਿਬ ਜੀ ਨੇ ਸਾਡੇ ਨਾਲ ਵਿਚਾਰ ਕੀਤੇ, ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।